ਅਸੀਂ ਅੱਜ ਪਹੁੰਚੇ ਹਾਂ ਬਠਿੰਡਾ ਦੇ ਨਾਮਦੇਵ ਰੋਡ 'ਤੇ ਬੰਧਨ ਬੈਂਕ ਦੇ ਵਿੱਚ, ਜਿੱਥੇ ਕਿ ਅੱਜ ਚੋਰੀ ਦੀ ਵਾਰਦਾਤ ਹੋਈ ਹੈ। ਇਹ ਨਾਮਦੇਵ ਰੋਡ 'ਤੇ 11 ਨੰਬਰ ਗਲੀ ਦੇ ਵਿੱਚ ਸਥਿਤ ਹੈ ਬੈਂਕ, ਜਿੱਥੇ ਕਿ ਗਰੁੱਪਿੰਗ ਦੇ ਵਿੱਚ ਲੋਨ ਦਿੱਤਾ ਜਾਂਦਾ ਹੈ। ਅਤੇ ਸੁਣਨ ਦੇ ਵਿੱਚ ਆਇਆ ਕਿ ਇੱਥੇ ਪਹਿਲਾਂ ਵੀ ਇੱਕ ਵਾਰੀ ਸਨੈਚਿੰਗ ਹੋ ਚੁੱਕੀ ਹੈ। ਇੱਥੇ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਰੱਖਿਆ ਹੋਇਆ। ਆਓ ਦੇਖਦੇ ਹਾਂ ਕੀ ਹੈ ਮਸਲਾ, ਨਾਲੇ ਦੇਖੋ CCTV ਫੁਟੇਜ। PD ਸਾਹਿਬ ਇਸ ਵਾਰਦਾਤ ਬਾਰੇ ਕੀ ਕਹਿ ਰਹੇ ਆ, ਉਹ ਦੇਖਦੇ ਹਾਂ। ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ, ਇੱਥੇ ਬੰਧਨ ਬੈਂਕ ਦੇ ਵਿੱਚ ਇੱਕ ਅਣਪਛਾਤਾ ਨੌਜਵਾਨ ਪੈਸਾ ਤੋਂ ਭਰਿਆ ਹੋਇਆ ਬੈਗ ਉਠਾ ਕੇ ਭੱਜ ਗਿਆ। ਮੌਕੇ 'ਤੇ ਸਾਰੀ ਟੀਮਾਂ ਆਈ ਹੋਈ ਹੈ, ਅਸੀਂ CCTV ਫੁਟੇਜ ਅਤੇ ਹੋਰ ਬਾਕੀ ਜਿੰਨੇ ਵੀ ਕਲੂ ਹੈਗੇ ਉਹਨਾਂ ਦੀ ਚੈੱਕ ਕਰਨ ਦੇ ਹਾਂ ਅਤੇ ਇਹਨੂੰ ਟਰੇਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕਿੰਨੇ ਪੈਸੇ ਸੀ ਸਰ? 1,42,000। ਸਰ ਸਿਕਿਉਰਿਟੀ ਗਾਰਡ ਕੋਈ ਨਹੀਂ ਸੀ? ਇੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ। CCTV ਫੁਟੇਜ ਅੰਦਰ ਲੱਗੇ ਹੋਏ ਆ, ਬਾਹਰ ਹੁਣ ਵੇਖਦੇ ਹਾਂ, ਚੈੱਕ ਕਰ ਰਹੇ ਹਾਂ। ਕਮਰਸ਼ੀਅਲ ਬਿਲਡਿੰਗ ਹੈ ਜਾਂ ਰੈਜ਼ੀਡੈਂਸ਼ੀਅਲ ਬਿਲਡਿੰਗ ਹੈ? ਉਹ ਅਸੀਂ ਚੈੱਕ ਕਰ ਰਹੇ ਹਾਂ। ਕਿਸ ਤਰ੍ਹਾਂ ਸਰ ਫਿਰ ਤੁਸੀਂ ਕੋਈ ਟੀਮ ਦਾ ਬਣਾਓਗੇ ਇਸ ਮਾਮਲੇ 'ਚ? ਹਾਂ, ਅਸੀਂ ਹੁਣ ਟੀਮਾਂ ਬਣਾਵਾਂਗੇ ਅਤੇ ਜਿਹੜੇ ਵੀ ਸ਼ੱਕੀ ਹੈਗੇ ਉਹਨਾਂ ਨੂੰ ਰਾਊਂਡ ਅਪ ਕਰਾਂਗੇ, ਬਾਕੀ CCTV ਫੁਟੇਜ ਚੈੱਕ ਕਰਾਂਗੇ, ਜਿਹੜੀ ਵੀ ਹੈਗੀ ਇਨਵੈਸਟੀਗੇਸ਼ਨ ਦਾ ਅੱਗੇ ਦਾ ਪਾਰਟ ਹੈ ਉਹ ਅਸੀਂ ਸਾਰਾ ਕੁਝ ਕਰਾਂਗੇ। ਉਹ ਵੀ ਹੁਣ ਚੈੱਕ ਕਰ ਲੈਂਦੇ ਹਾਂ ਉਹਦੇ ਬਾਰੇ ਵੀ ਹੋਈ ਸੀ। ਸਰ ਇਹ ਆਪਣਾ ਬੈਂਕ ਦੀ ਲਾਪਰਵਾਹੀ ਨਹੀਂ ਵੀ ਸਿਕਿਉਰਿਟੀ ਗਾਰਡ ਕੋਈ ਨਹੀਂ ਰੱਖੇ ਜੀ ਇੱਥੇ? ਹਾਂ, ਸਿਕਿਉਰਿਟੀ ਗਾਰਡ ਨਹੀਂ ਰੱਖਣਾ ਹੈਗੀ ਲਾਪਰਵਾਹੀ, ਉਹਦੇ ਸੰਬੰਧੀ ਵੀ ਅਸੀਂ ਜਿਹੜਾ ਹੈ ਇਹਨਾਂ ਦੇ ਬੈਂਕ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਠੀਕ ਹੈ ਸਰ, ਥੈਂਕ ਯੂ। ਉਹਨਾਂ ਦੇ ਸਟਾਫ ਤੋਂ ਵੀ ਜਾਣਕਾਰੀ ਲੈਂਦੇ ਹਾਂ। ਮੇਰਾ ਵਿਕਾਸ ਕੁਮਾਰ ਜੀ, ਕੀ ਰੱਖਣਾ ਹੋਈ ਆਪੇ? ਯਹਾਂ ਪੇ ਜੀ ਹਮ ਕੈਸ਼ ਲੋਨ ਦੇਤੇ ਜੀ, ਇੰਡੀਵਿਜੁਅਲ ਲੋਨ, ਗਰੁੱਪ ਲੋਨ ਦੇਤੇ ਹੈ, ਪਰਸਨਲ ਲੋਨ ਦੇਤੇ ਹੈ। ਜੋ ਕੈਸ਼ ਜਮ੍ਹਾਂ ਕਰਾ ਕੇ ਜਾਤੇ ਹੈ, ਕਿਸ਼ਤੇ ਜਮ੍ਹਾਂ ਕਰਕੇ ਜਾਤੇ ਹੈ ਕਸਟਮਰ, ਯਹਾਂ ਪੇ ਹਮ ਉਹ ਜਮ੍ਹਾਂ ਕਰ ਰਹੇ ਥੇ। ਡੱਬੇ ਮੈਂ ਹਮਨੇ ਕੈਸ਼ ਰੱਖਾ ਥਾ ਕਾਊਂਟ ਕਰਕੇ, ਔਰ ਮੂੰਹ ਲਪੇਟ ਕੇ ਆਇਆ ਇੱਕ ਬਾਹਰ ਦਾ ਬੰਦਾ, ਹੈਂਡੀਕੈਪ ਥਾ, ਔਰ ਇੱਕ ਬੰਦਾ ਬਾਹਰ ਥਾ ਬਾਈਕ ਪੇ, ਨੰਬਰ ਪਲੇਟ ਵੀ ਤੋੜ ਰੱਖੀ ਥੀ, ਔਰ ਸਟਾਰਟ ਥੀ ਪਹਿਲੇ ਉਨਕੀ ਬਾਈਕ ਔਲਰੇਡੀ, ਔਰ ਉਠਾ ਕੇ ਤੁਰੰਤ ਭਾਗ ਗਿਆ, ਅੰਦਰ ਸੇ ਭਾਗ ਹੈ, ਆਫਿਸ ਕੇ ਅੰਦਰ ਸੇ। ਬੰਧਨ ਬੈਂਕ ਹੈ ਜੀ, ਬੰਧਨ ਬੈਂਕ, ਇਹ ਪੇ ਹੈ ਜੀ ਬਠਿੰਡਾ ਨਾਮਦੇਵ ਰੋਡ ਗਲੀ ਨੰਬਰ 11। ਪਹਿਲੀ ਵਾਰੀ ਹੋਇਆ, ਪਹਿਲਾਂ ਕਦੇ ਦੇਖਾ ਨਹੀਂ ਹੈ। ਹਾਂ ਜੀ, 100 ਨੰਬਰ ਇਹ ਵੀ 100 ਵਾਰ ਆਪਾਂ ਕਾਲ ਕੀਆ। ਇਹ ਤਾਂ ਸਰ ਪਤਾ ਨਹੀਂ ਲੱਗਦਾ ਕਬ ਕੌਣ ਕੈਸੇ ਕਰ ਜਾਤਾ ਹੈ, ਕਿਸੇ ਕੁਛ ਨਹੀਂ ਪਤਾ ਲੱਗਤਾ ਹੈ। 1,42,000 ਰੁਪਏ ਹਾਂ, ਬੈਗ ਕੇ ਅੰਦਰ ਸੇ ਉਠਾ ਕੇ ਲੈ ਗਏ। 1,42,000 ਰੁਪਏ ਨਹੀਂ ਨਹੀਂ, ਬੈਗ ਮੇ ਵੀ ਨਹੀਂ ਥੇ, ਆਪਣੇ ਡੱਬੇ ਮੇ ਰੱਖਤੇ ਨਾ ਜੋ ਹਮ ਉਸਮੇ ਰੱਖਾ ਥਾ। ਹਾਂ, ਕੈਸ਼ ਬਾਕਸ ਮੇ ਥਾ। ਲੇਡੀਜ਼ ਗਰੁੱਪ ਬਨਾਤੇ ਜੀ ਹਮ, ਗਰੁੱਪ ਮੇ ਲੋਨ ਦੇਤੇ ਹੈ, ਗਰੁੱਪ ਮੇ ਲੋਨ ਦੇਤੇ ਹੈ, ਲੇਡੀਜ਼ ਗਰੁੱਪ ਬਨਾਤੇ ਹਮ, ਮੀਟਿੰਗ ਕਰਤੇ ਉਸੇ ਮੇ ਲੋਨ ਦੇਤੇ। ਇਹ ਅਭੀ ਹੈ ਸਰ 15 ਮਿੰਟ ਹੀ ਹੋਏ ਬਸ ਅਭੀ। ਹਾਂ, 15 ਮਿੰਟ ਪਹਿਲੇ ਕੀ ਹੈ? ਕਹਾਂ ਸੇ ਲੈ ਕੇ ਗਏ ਹੋ?